ਇੱਕ ਮੈਡੀਕਲ ਅਫਸਰ ਅਤੇ ਉਸਦੇ ਸਹਾਇਕ ਦੇ ਉੱਤੇ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਨੇ ਤੇ ਵਿਜੀਲੈਂਸ ਨੇ ਉਹਨਾਂ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ਤਾਂ ਕਿਹਾ ਜਾ ਰਿਹਾ ਕਿ MLR ਕੱਟਣ ਨੂੰ ਲੈ ਕੇ ਇਹ ਰਿਸ਼ਵਤ ਦੀ ਮੰਗ ਜੋ ਹੈ ਉਹ ਮੈਡੀਕਲ ਅਫਸਰ ਦੇ ਸਹਾਇਕ ਅਤੇ ਉਸਦੇ ਵੱਲੋਂ ਕੀਤੀ ਗਈ ਸੀ ਜਿਸ ਤੋਂ ਦੁਖੀ ਪੀੜਿਤ ਨੇ ਉਸਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ ਤਾਂ ਵਿਜੀਲੈਂਸ ਨੇ ਮੌਕੇ ਦੇ ਉੱਤੇ ਉਹਨਾਂ ਨੂੰ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ਤੇ ਹੀ ਕਾਬੂ ਕਰ ਲਿਆ ਤਾਂ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਕਿਸਾਨ ਦੇ ਮਜ਼ਦੂਰ ਦੀ ਕਿਸੇ ਦੇ ਨਾਲ ਲੜਾਈ ਹੁੰਦੀ ਹੈ ਜਿਸ ਦੇ ਵਿੱਚ ਉਸਦੇ ਗੰਭੀਰ ਸੱਟਾਂ ਲੱਗ ਗਈਆਂ ਨੇ ਤਾਂ ਉਸਨੂੰ ਜਦੋਂ ਸਿਵਲ ਹਸਪਤਾਲ ਲੈ ਕੇ ਪਹੁੰਚਦਾ ਹੈ ਤਾਂ MLR ਕੱਟਣ ਨੂੰ ਲੈ ਕੇ ਇਹ ਸੌਦੇਬਾਜ਼ੀ ਹੁੰਦੀ ਹੈ 12000 ਰੁਪਏ ਦੇ ਵਿੱਚ ਇਹ ਪੂਰਾ ਸੌਦਾ ਤੈਅ ਹੁੰਦਾ ਪਰ ਕਿਹਾ ਜਾ ਰਿਹਾ ਕਿ ਇਸ ਦੀ ਸ਼ਿਕਾਇਤ ਕਿਸਾਨ ਦੇ ਵੱਲੋਂ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੂੰ ਕੀਤੀ ਗਈ ਤਾਂ ਉਹਨਾਂ ਨੇ ਮੌਕੇ ਤੇ ਹੀ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਜੋ ਮੈਡੀਕਲ ਅਫਸਰ ਸੀ ਉਸਨੂੰ ਅਤੇ ਉਸਦੇ ਸਹਾਇਕ ਨੂੰ ਕਾਬੂ ਕਰ ਲਿਆ। ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਵਿਜੀਲੈਂਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ। ਤਾਂ ਦੱਸ ਦਈਏ ਕਿ ਬਠਿੰਡਾ ਦੇ ਵਿੱਚ ਇੱਕ ਮੈਡੀਕਲ ਅਫਸਰ ਨੂੰ ਸ਼ਰੇਆਮ ਰਿਸ਼ਵਤ ਲੈਂਦੇ ਹੋਏ 5000 ਰੁਪਏ ਦੀ ਕਾਬੂ ਕੀਤਾ ਗਿਆ। ਸਾਡੇ ਕੋਲ ਕੰਪਲੇਂਟ ਆਈ ਸੀ ਕਿ ਇੱਕ ਪੇਸ਼ੈਂਟ ਐਡਮਿਟ ਕੀਤਾ ਪੇਸ਼ੈਂਟ ਐਡਮਿਟ ਹੋਇਆ ਸੀ ਉਸ ਪੇਸ਼ੈਂਟ ਦੀ MLR ਕੱਟਣ ਦੇ ਸੰਬੰਧ ਦੇ ਵਿੱਚ ਜਿਹੜਾ MLR ਕੱਟਦੀ ਸੀਗੀ ਉਹਦੇ 323-24 ਦੇ ਵਿੱਚ ਮਤਲਬ ਕਾਰਵਾਈ ਹੋਣੀ ਸੀਗੀ ਬਟ ਇਹਨਾਂ ਨੇ ਉਸ ਬੰਦੇ ਤੋਂ ਰਿਸ਼ਵਤ ਦੀ ਮੰਗ ਕੀਤੀ ਸੀ 10000 ਪਹਿਲੇ 12000 ਦੀ ਗੱਲ ਤੈਅ ਹੋਈ ਸੀ ਉਸ ਤੋਂ ਬਾਅਦ ਡਾਕਟਰ ਨਰਿੰਦਰ ਸਿੰਘ ਨੇ ਗੱਲ ਹੋਈ ਜਦੋਂ ਇਹਨਾਂ ਨਾਲ ਅਤੇ ਉਸ ਦੇ ਵਿੱਚ ਇਹਨਾਂ ਨੇ ਜਿਹੜਾ ਪੈਸਾ 5000 ਰੁਪਇਆ ਤਾਂ ਪਹਿਲਾਂ ਲੈ ਲਿਆ ਸੀ ਉਹ ਤੋਂ ਕੱਲ੍ਹ ਮਾਮਲਾ ਮੇਰੇ ਸਿਰ ਦੇ ਸੱਟਾਂ ਮਾਰੀਆਂ ਫੁੱਲੋ ਮਿੱਠੀ ਬਾਂਹ ਲਿਆ ਸੀ ਠੇਕੇ ਦੇ ਅਤੇ ਉਹਦੇ ਨਾ ਕਿ ਉਹਦੇ ਕਰਕੇ ਇਹਨੂੰ ਦਾਖਲ ਕਰਾਇਆ ਸੀ ਸਿਵਲ ਹਸਪਤਾਲ ਲਿਆਏ ਸੀ ਬਠਿੰਡੇ 'ਚ ਕੱਲ੍ਹ 4 ਵਜੇ ਲਿਆਏ ਸੀ ਇੱਥੇ ਡਾਕਟਰ ਨੂੰ ਮਿਲੇ ਜੀ ਅਸੀਂ ਡਾਕਟਰ ਦੇ ਨਾਲ ਇੱਕ ਸਹਾਇਕ ਹੈ ਚੀਜ਼ ਨੂੰ ਕਹਿੰਦਾ ਪਰਚਾ ਬਣਾਉਣਾ ਤਾਂ ਕਹਿੰਦਾ ਯਾਰ ਐਂ ਕਹਾਂ ਵੀ ਪੈਸੇ ਲੱਗਣਗੇ ਮੈਂ ਯਾਰ ਪਰਚੇ ਵਾਲੀ ਕਿਹੜੀ ਗੱਲ ਹੈ MR ਕਟਾਉਣੀਆਂ ਕੱਢ ਦਿਓ ਇਹ ਸਹੀ ਕੰਮ ਹੈ ਯਾਰ ਕਈ ਮਾਰੀ ਹੈ ਬੰਦੇ ਦੇ ਅਤੇ ਕਹਿੰਦਾ ਇੱਥੇ ਤਾਂ ਇਹ ਨਹੀਂ ਕੰਮ ਹੁੰਦਾ ਡਾਕਟਰ ਦਾ ਪੈਸਾ ਫਿਰ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰੀ ਡਾਕਟਰ ਕਹਿੰਦਾ ਵੀ 12000 ਰੁਪਇਆ ਲੱਗੂਗਾ ਵੀ MR ਕੱਟਣ ਦਾ ਕੱਟ ਫੇਰ ਪਰਚਾ ਬਣਾਊਗਾ ਮੈਂ ਇਹ ਕਹਿੰਦਾ ਗਰੀਬ ਬੰਦਾ ਹੀ ਕਿੱਥੋਂ ਦੇ 12000 ਮੈਨੂੰ ਕਹਿੰਦਾ ਉਨਾ ਚਿਰ ਨਹੀਂ ਫਿਰ ਧਾਰਾ ਨਹੀਂ ਵੀ ਪਰਚਾ ਜਿਹੜੀ ਕਾਰਵਾਈ ਕਰਨੀ ਸੀ ਦਾਖਲ ਕਰਨ ਦੀ ਬਾਅਦ MR ਕੱਟਣ ਦੀ 5000 ਰੁਪਏ 10000 'ਚ ਸਾਡੀ ਇਹਦੇ ਨਾਲ ਗੱਲ ਹੋ ਗਈ 5000 ਇਹਨੂੰ ਰਾਤ ਦੇਤਾ ਸੀ ਅਤੇ 5 ਫਿਰ ਮੈਂ ਵਿਜੀਲੈਂਸ ਵਾਲਿਆਂ ਕੋਲ ਜਾ ਵੜਿਆ ਮੈਂ ਕਿਹਾ ਇਹ ਤਾਂ ਹੀ ਐਂ ਰਿਸ਼ਵਤ ਕਾਹਦੀ ਦੇ ਗਈ ਇਹਨੂੰ 5000 ਤਾਂ ਸਾਡੇ ਜਦੋਂ ਰਾਤ ਲੈ ਲਿਆ ਅਤੇ ਤੜਕੇ ਫਿਰ ਮੈਂ ਵਿਜੀਲੈਂਸ ਵਾਲਿਆਂ ਨੂੰ ਕਿਹਾ ਕਿ ਜੀ ਇਹਦੇ 2 ਵਜੇ ਅੱਜ ਪੈਸੇ ਦਿੱਤੇ ਜੀ ਇਹਨੂੰ 2 ਵਜੇ ਦਾ ਟਾਈਮ ਦੇਤਾ ਜੀ ਸਾਨੂੰ ਕਹਿੰਦਾ 2 ਵਜੇ ਆ ਜਾਓ ਜੀ ਅਤੇ ਫਿਰ ਤੁਹਾਡੇ ਐਕਸਰੇ ਕਰੂੰਗਾ ਫਿਰ ਜਾ ਕੇ ਉਹ ਹੋਊਗੀ ਕਾਰਵਾਈ ਕੌਣ ਹੈ ਕੀ ਨਾਮ ਡਾਕਟਰ ਨਿੰਦਰਪਾਲ ਸਿੰਘ ਆ ਜੀ ਇਹਦਾ ਰਿਕਾਰਡ ਲੰਬੀ 'ਚ ਵੀ ਮਾੜਾ ਹੀ ਰਿਹਾ ਜੀ ਉੱਥੇ ਲੋਕਾਂ ਤੋਂ ਬਹੁਤ ਹਾਂ ਜੀ ਸਹਾਇਕ ਸਾਰੇ ਇਹੋ ਜਿਹੇ ਕੰਮ ਕਰਨ ਵਾਲੇ ਦਲਾਲ ਰੱਖੇ ਜਿਹੜੇ ਨਹੀਂ ਡਾਕਟਰ ਨੇ ਕਰੀ ਸੀ ਡਾਕਟਰ ਨੂੰ ਡਾਕਟਰ ਨੇ ਕਰੀ ਸੀ ਉਹ ਤਾਂ ਕਹਿੰਦਾ ਮੈਂ ਤੇਰੀ ਗੱਲ ਕਰਾ ਦੇਣਾ ਡਾਕਟਰ ਨਾਲ ਵਧੀਆ ਡਾਕਟਰ ਕਹਿੰਦਾ ਪਰਚਾ ਬਣਾ ਦੂ ਤੁਹਾਡਾ ਉਹਨੇ ਗੱਲ ਕਰੀ ਮੁੜ ਕੇ ਫਿਰ ਉਹਨੇ ਵੀ 2000 ਰੁਪਏ ਬੰਦਾ 1000 ਲੈ ਲਿਆ 10000 ਡਾਕਟਰ ਨੇ ਲੈ ਲਿਆ 5 ਰਾਤ ਲੈ ਲਿਆ ਸੀ 5 ਵਿਜੀਲੈਂਸ ਵਾਲਾ ਲੈ ਲਿਆ ਸੀ
ਬਹੁਤ ਲੋਕਾਂ ਨੇ ਇਹਦਾ ਰਿਕਾਰਡ ਮਗਰਲਾ ਪੁੱਛੋ, ਲੰਬੀ ਜਾ ਕੇ ਲੰਬੀ ਸਿਵਲ ਹਸਪਤਾਲ ਚ ਵੇਖੋ ਵੀ ਕੀ ਕੁਛ ਬਣਾਉਂਦਾ, ਛੱਬੀਆਂ ਹੀ ਬਣਾਉਂਦਾ ਲੋਕਾਂ ਦੀਆਂ, ਪੈਸੇ ਲੈ ਕੇ ਜਾਲੀ ਛੱਬੀਆਂ ਬਣਾਉਂਦਾ, ਸਾਨੂੰ ਵੀ ਕਹਿੰਦਾ ਮੈਂ ਛੱਬੀ ਬਣਾ ਦਿੰਦਾ ਜਾਲੀ, ਪਰ ਅਸੀਂ ਹੈਗਾ ਸਹੀ ਕੰਮ ਕਰਦੇ, ਜਿਹੜਾ ਸਾਡੀ ਸੱਟ ਵੱਜੀ ਸਾਡੀ ਤਾਂ ਉਹੀ ਬਣਾ ਦੇ ਬਸ। ਇੰਨੀਆਂ ਧਾਂਦਲੀਆਂ ਚੱਲਦੀਆਂ ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਇਹ ਸੀਰੀਜ਼ ਸੀ ਨਹੀਂ, ਉਹ ਪਿਆ ਜੀ ਉੱਤੇ, ਪਿਆ ਜੀ ਉੱਤੇ ਮਾਰੇ ਉੱਤੇ ਦਾਖਲ ਨਮੈਟ ਆ ਜੀ ਉਹਦੇ। ਹਾਂਜੀ ਜੀ।